ਅੱਲਾਹਿ ਰਹਿਮਾਨਿ ਰਹੀਮ ਅਸਲਾਮੁ ਅਲੈਕੁਮ। ਵੇਖ ਰਹੇ ਹੋ ਤੁਸੀਂ ਆਪਣਾ ਕਰਨਾਣਾ ਚੈਨਲ ਅਤੇ ਮੈਂ ਤੁਹਾਡਾ ਮੇਜ਼ਬਾਨ ਹਾਜੀ ਇਰਫਾਨ। ਭਰਾਵਾਂ ਵਾਸਤੇ ਰੋਜ਼ਾਨਾ ਦੀ ਨਵੀਂ ਤੋਂ ਨਵੀਂ ਵੀਡੀਓ ਲਾ ਕੇ ਆਵੀਦਾ। ਇਨਸ਼ਾਅੱਲਾ ਉਮੀਦ ਕਰਨਾ ਕਿ ਵੀਡੀਓ ਤੁਹਾਡੇ ਪਸੰਦ ਆਵੇ ਜੀ। ਤੁਸੀਂ ਲਾਈਕ ਵੀ ਕਰੋ ਅਤੇ ਸ਼ੇਅਰ ਵੀ ਕਰੋ ਦੇ। ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਅਤੇ ਬੈੱਲ ਆਈਕਾਨ ਦਾ ਬਟਨ ਜ਼ਰੂਰ ਦਬਾਉਣਾ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਜਿਹੜੀ ਹੈ ਇਹ ਤੁਹਾਡੇ ਤੱਕ ਬਸਾਨੀ ਪਹੁੰਚ ਸਕੇ। ਵੀਡੀਓ ਇਸ ਤਰ੍ਹਾਂ ਜਿਹੜੀ ਬਣਾਉਣ ਲੱਗਾ ਕਾਮਰਾਨ ਦੀ ਵੀਡੀਓ ਇਹ ਹਫ਼ਤੇ ਜਿਹੜੀ ਵੀਡੀਓ ਤੁਸੀਂ ਵੇਖਦੇ ਹੋ ਪਏ ਮੁਸਲਸਲ ਅਤੇ ਕਾਮਰਾਨ ਕੋਲ ਮੈਂ ਪੁੱਛ ਲੈਂਦਾ ਕਿ ਤ੍ਰੈ ਜਾਨਵਰ ਸੋਨੂੰ ਤਾਂ ਦਿਸਦੇ ਨੇ ਪਏ ਠੀਕ ਅਤੇ ਬੱਚਾ ਹੁਣ ਜਾਨਵਰ ਆਪਣਾ ਗਾਂ ਸੂਈ ਹੋਣੀ ਬੱਚਾ ਕਿ ਇਹਦੀ ਤਾਂ ਕੱਟੀ ਸੀ ਆਪਣਾ ਕੱਟੀ ਪਿਆ ਕਹਿੰਦਾ ਵੱਛੀ ਬੱਚਾ ਵੱਛੀ 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 ਅਤੇ ਆਓ ਹਾਂ ਕਾਮਰਾਨ ਸਾਹਿਬ ਤੁਹਾਡੇ ਕੋਲ ਫਿਰ ਅਗਲੀ ਮਜ਼ੀਦ ਗੱਲਬਾਤ ਵੀ ਤੁਹਾਡੇ ਨਾਲ ਕਰਨੀ। ਸਲਾਹ ਕਰਨੀ ਹੈ ਕਿ ਜਿਹੜਾ ਐਨੀਮਲ ਟੀਵੀ ਹੈ ਕਰਨਾਣਾ ਐਨੀਮਲ ਟੀਵੀ ਉਹ ਵੀ ਮੇਰਾ ਆਪਣਾ ਹੀ ਹੈ ਤੇ ਜੇ ਉਹਦੇ ਤੇ ਤੁਹਾਡੀ ਵੀਡੀਓ ਹੈ ਜਾਂ ਕੋਈ ਹੋਰ ਬਣਵਾਉਣੀ ਚਾਹੋ ਵਾਰ ਕਿਸੇ ਦੇ ਤੇ ਉਹ ਨਾ ਉਹਦੇ ਤੇ ਨਾ ਲਾ ਦੀ ਕਰੀ ਅੱਜ ਭਰਾਵਾਂ ਨੂੰ ਦੱਸ ਦਿੰਦੇ ਹਾਂ ਵੀਡੀਓ 'ਚ। ਚਲੋ ਇਹ ਜਿਹੜੀ ਹੈ ਨਾ ਵੀਡੀਓ ਜੁੰਮੇ ਹਫ਼ਤੇ ਵਾਲੇ ਦਿਨ ਦੀ ਜੀ ਇਹ ਰਹੀ ਰਹਿਣ ਦਿਓ ਨਾ ਇੱਥੇ ਹੀ ਜੀ ਅਤੇ ਜਿਹੜੀ ਸਵਾਰ ਹੈ ਤੁਹਾਡੇ ਗਾਵਾਂ ਸਾਰੇ ਭਰਾ ਤੁਹਾਨੂੰ ਪਤਾ ਗਾਵਾਂ 4-5 ਸਵਾਰ ਹੀ ਲਿਆਉਂਦੇ ਆ। ਅੱਛਾ ਫਿਰ ਉਹ ਤੁਸੀਂ ਉੱਧਰ ਲਾ ਦਿਓ ਕਰੀਏ ਉਹ ਤਾਂ ਲਾ ਦਿਓ ਐਨੀਮਲ 'ਤੇ ਚਲੋ ਠੀਕ ਹੋ ਗਿਆ। ਆ ਚਲੋ ਜੀ ਗਾਂ ਨੰਬਰ ਇੱਕ ਪਹਿਲਾਂ ਹੀ ਬਹਾਲ ਹੋ ਜਿਹੜੀ ਹੁਣ ਸੂਈ ਬਿਲਕੁਲ ਬਹਾਓ ਜੀ ਗਾਂ ਨੰਬਰ ਉੱਤੇ ਲੱਗ ਜਾਂਦਾ ਵੇਖੀਓ ਮੈਂ ਤਾਂ ਬੱਚਾ ਵੇਖ ਕੇ ਗਾਂ ਮਾਰੇ ਨਾ ਬਿਲਕੁਲ ਅਤੇ ਵੱਛੀ ਦਿੱਤੀ ਸੀ ਵੱਛੀ ਦਿੱਤੀ ਸੀ ਕਿਹੜੀ ਨਸਲ ਵੈੜੀ ਕ੍ਰਾਸ ਜੇ ਸਾਹੀਵਾਲ ਤੇ ਜਰਸੀ। ਅੱਛਾ ਤੇ ਵੱਛੀ ਮਗਰ ਕ੍ਰਾਸ ਹੀ ਦਿੱਤੀ ਅਈਏ ਕਿਲ ਤੇ ਫਿਰ ਮਾਰੇ ਕੋਣ ਜੇ ਉਹ ਥਣ ਸਾਫ ਨੇ ਥਣ ਬਿਲਕੁਲ ਸਾਫ ਸੁਥਰੇ ਆ ਬੰਦੇ ਥਣਾ ਦੀ ਭਰਾ ਮੇਰਾ ਗਾਰੰਟੀ ਸਹੀ ਦੇ ਇਨਸ਼ਾਅੱਲਾ ਦੂਧ ਥੋੜਾ ਬਾਲਾ ਹੁੰਦਾ ਘੱਟ ਵੱਧ ਹੋ ਜੇ ਕੋਈ ਗੱਲ ਨਹੀਂ ਥਣਾ ਦੀ ਗਾਰੰਟੀ ਹੈ ਜੇ ਥਣਾ ਬਾਲਾ ਨਿਕਲੇ ਨਾ ਤੇ ਵਾਪਸ ਕਰਨਾ ਡੰਗਰ ਜਿਹੜੀ ਥਣਾ ਚੱਲਾ ਜੋ ਤੁਮਨਾ ਕੋਈ ਕਿਲ ਦੇ ਫੁਹਾਰਾ ਦਾ ਵੀ ਅਸੀਂ ਸਾਰੇ ਜ਼ਿੰਮੇਵਾਰ ਆ ਦੁੱਧ ਜਿਹੜਾ ਵੀ ਸੇਵ ਦਾ ਬੰਦਿਆ ਤਰਾਈ ਦਾ ਤੇਰੀ ਨੇ ਗਾਵਾਂ ਨੂੰ ਹਾਂ ਜੀ ਗਾਂ ਨੰਬਰ 2 ਗੱਲ ਸੁਣਾਓ ਜੀ ਕਾਮਰਾਨ ਭਾਈ ਸਾਹਿਬ ਦੂਸਰੇ ਸੂਏ ਬੈਠੀ ਜੇ ਦੂਸਰੇ ਸੂਏ ਸੋਹਣਾ ਸੁਜਾ ਪੱਕਾ ਦੂਜਾ ਸੂਏ ਤੀਜਾ ਪੱਕਾ ਦੂਸਰਾ ਦੰਦ ਪਾੜ ਕੇ ਵੇਖੋ। ਅੱਛਾ ਤੇ ਬੜੀ ਜਿਹੜੀ ਹੈ ਸਾਹੀਵਾਲ ਹੈ ਕਿਹੜੀ ਦੇਸੀ ਕਿਹੜੀ ਤੇ ਭਾਈ ਸਾਹਿਬ ਲੈਤੀ ਸਾਹੀਵਾਲ ਕਰਾਸ ਹੈ ਤੇ ਸੀਲ ਸਾਊ ਵੀ ਹੈ ਅਜੇ ਬੜਾ ਚੱਡਾ ਕਰਨਾ। ਅੱਛਾ ਕਿੰਨੇ ਕੁ ਦਿਹਾੜੇ ਕੱਢਦੀ ਹੈ ਦਿਹਾੜੇ 5-6 ਲੈ ਜਾਣੇ ਸੂ 5-6 ਜਾਂ ਬੜੀ ਕਾਬਜ਼ੀ ਜੁੱਸੇ ਦੀ ਬੈੜੀ ਅੱਲਾ ਦੇ ਬੰਨਾ ਠੀਕ ਹੈ ਤੇ ਕੀ ਡਿਮਾਂਡ ਇਹਦੀ ਇਹਦੀ ਆਈ ਸਾਹਿਬ 1,50,000 ਰੁਪਈਆ 1,50,000 ਇਸ ਬੈੜੀ ਦਾ ਕਿਆ ਬੈੜੀ ਹੋਈ ਨਾ ਫਿਰ ਜਿਹੜੀ ਬੈੜੀ ਦੂਸਰੇ ਸੂਏ ਸੋਨਾ ਸੂ ਦੰਦ ਵਹਾ ਬੈੜੀ ਦੇ ਭਾਈ ਸਾਹਿਬ ਫੇਰ ਸਾਹਿਬ ਇਸ ਵਾਰੀ ਲੇਕਿਨ ਵਹਾ ਥੋੜਾ ਚੰਗਾ ਭਰਾਵਾ ਮੁਤਮਿਨ ਹੋ ਜਾਂਦੇ ਨੇ ਜਾ ਜਾ ਚਿੱਗੀ ਬੈੜੀ ਆ ਦੇ ਆ ਉਹ ਤੇ ਕਰਨੀ ਬਰਾਬਰ ਸਹੀ ਹੈ ਲਿਆਓ ਜੀ ਗਾਂ ਨੰਬਰ 2 ਆਪਣਾ 3 ਆਰਾਮ ਨਾਲ ਭਜਾਉਣਾ ਨਹੀਂ ਡਰਾਉਣਾ ਨਹੀਂ ਆ ਕੀ ਪਾਇਆ ਜੀ ਉੱਤੇ ਵੰਡਾ ਵੰਡਾ ਕਿਹੜਾ ਪਾਉਂਦੇ ਲਿਆਓ ਜੀ ਗਾਂ ਉੱਧਰ ਬਾਂਹ ਕਰਨਾ ਮੂੰਹ ਦੀ ਵੇਖੀਓ 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 ਭਾਈ ਸਾਹਿਬ ਚੌਕੀ ਵੈਰੀ ਹੈ ਚੌਕੀ ਠੀਕ ਕਿੰਨੇ ਕੁ ਦਿਹਾੜੇ ਕੱਢਦੀ ਹੈ ਦਿਹਾੜੇ 6,000 ਕੱਢਦੀ ਹੈ 6,000 ਕਿਹੜੀ ਜੇ ਦੇਸੀ ਜਰਸੀ ਵੈਰੀ ਜਰਸੀ ਥੋੜੇ ਸਾਹੀਵਾਲ ਦੇ ਮਿਕਸ ਹੈ ਵਿੱਚ ਅੱਛਾ ਸਾਹੀਵਾਲ ਵੀ ਆਇਆ ਹੈ ਜਾ ਸਾਹੀਵਾਲ ਜਰਸੀ ਜਾ ਜਾ ਮਾਸ਼ਾ ਅੱਲਾ ਜੀ ਡੰਗਰ ਤਾਂ ਬੜਾ ਫੁੱਟੀ ਆ ਜਾ ਜਾ ਭਾਈ ਸਾਹਿਬ ਰਾਤੀ ਸਰਾਈ ਡਰਦੀ ਬੜੀ ਸੋਹਣੀ ਵੀ ਆਏ ਜਾ ਲਾ ਦੇ ਵੇਖੀਏ ਮੋੜਾ ਨਾ ਉਹ ਕੇ ਫੋੜਾ ਨਾ ਲੱਗੇ ਸੀ ਕੀ ਡਿਮਾਂਡ ਹੀ ਕਾਮਰਾਨੀ ਦੀ ਜਾ
ਮੁੱਲ ਦਾ ਡੇਢ ਸ਼ੇਡ ਕੋਈ ਨਹੀਂ ਚੰਗੀ ਲੱਗੇ ਤੇ 1.45 ਦੀ ਜਿਹੜੀ ਨੰਬਰ ਉਹ 1.25 ਦੀ 1.25 ਇਹ ਹੀ ਹੈ ਨਾ ਜਿਹੜੀ ਦੂਜੇ ਨੰਬਰ ਤੇ ਬੋਲੀ ਹੈ ਜਾ ਜਾ ਅਸਲ ਗੱਲ ਹੈ ਬਸ ਇਹੀ ਨੇ ਫਿਰ ਰਾਦਾ ਜਿਹੜਾ ਸਮਾਰ ਵਾਲਾ ਭਰਾਵਾਂ ਨੂੰ ਵੀ ਦੱਸ ਦਈਏ ਹਾਂ ਜ਼ਰੂਰ ਦੱਸੋ ਇਨਸ਼ਾਅੱਲਾ ਲੋ ਜੀ ਐਨੀਮਲ ਜਿਹੜਾ ਆਪਣਾ ਕਰਨਾਣਾ ਐਨੀਮਲ ਟੀਵੀ ਹੈ ਨਾ ਉਹ ਵੀ ਆਪਣਾ ਹੀ ਹੈ ਤੇ ਉਹਦੇ ਤੇ ਵੀਡੀਓ ਰਾਤੀ ਲੱਗੀ ਵੀ ਆਇਆ ਲੇਕਿਨ ਤੁਸੀਂ ਭਰਾਵਾਂ ਨੇ ਅੱਗੋਂ ਭਰਾਵਾਂ ਨੂੰ ਮੈਂ ਕਹਿਣਾ ਜਿਹਨਾਂ ਦੀ ਸਿਫਾਰਿਸ਼ ਹੈ ਇਹ ਨਾ ਅੱਗੇ ਅਰਜ਼ ਕਰੀ ਦੀ ਜੇ ਆਖਣ ਦੇ ਚਾੜਦਿਆਂ ਦੇ ਤੇ ਉਹ ਜਨਾਬੀ ਨਾ ਕਿਹਾ ਜੀ ਤੁਸੀਂ ਉਹ ਵੀ ਤੁਹਾਡਾ ਹੀ ਚੈਨਲ ਹੈ ਚਾੜੋ ਚਾਚਾ ਜੀ ਆਓ ਤੁਸੀਂ ਵੀ ਹੋਰ ਬੰਦਾ ਬਣਾਏ ਦਾ ਬਿਸ਼ਾ ਕੇ ਦੱਸੋ ਮੈਂ ਉਹ ਨੀ ਮੈਂ ਬਣਾਵਾਂ ਤਾਂ ਮੈਂ ਖੈਰ ਕਰੇ ਇਨਸ਼ਾਅੱਲਾ ਇਹਦੀ ਯਾਰ ਵਾਲਾਂ ਦੀ ਕਟਿੰਗ ਯਾਰ ਤੁਹਾਡੇ ਸਾਹਮਣੇ ਤੇਲ ਕਿੰਜ ਦੇ ਧੱਕੇ ਨਾਲ ਲਵਾਇਆ ਨਹੀਂ ਇਹਦੇ ਕਟਿੰਗ ਕਰਾਇਆ ਕਰ ਕਰਾਉਂਦਾ ਕਟਿੰਗ ਕਰਾਉਂਦੇ ਹਾਂ ਜਿਹੜਾ ਜਣਾ ਹੈ ਨਾ ਇਹ ਦਰਵੇਸ਼ ਚੋਖਾ ਏਡਾ ਦਰਵੇਸ਼ ਨਹੀਂ ਬਣਨਾ ਚਾਹੀਦਾ ਤੂੰ ਆਪ ਮੈਨੂੰ ਆਖਿਆ ਕਰ ਲਾਜ਼ਮੀ ਹੈ ਜਿਹੜਾ ਨਾ ਕਟਿੰਗ ਕਰਾ ਦੇ ਠੀਕ ਹੈ ਇਹ ਤੇਰੇ ਤੇ ਜ਼ਿੰਮੇਦਾਰੀ ਲਾਜ਼ਮੀ ਬਣਾਇਆ ਕਰ ਤੁਸੀਂ ਸਹੀ ਹੈ ਦਰਵੇਸ਼ੀ ਆਪਾਂ ਨੂੰ ਘੱਟ ਥੋੜ੍ਹਾ ਜਿਹਾ ਜਾਂ ਦਰਵੇਸ਼ੀ ਘੱਟ ਕਰਿਆ ਕਰ ਐਡਾ ਵੀ ਦਰਵੇਸ਼ ਨਹੀਂ ਆਇਆ ਮੈਂ ਵੇਖਦਾ ਰਹਿੰਦਾ ਤੂੰ ਮੈਨੂੰ 6 ਮਹੀਨੇ ਹੋ ਗਏ ਨੇ ਆਉਂਦੇ ਪਰ ਠੀਕ ਹੋ ਜਾ ਲਓ ਜਨਾਬ ਅੱਲਾ ਖੈਰ ਕਰੇ ਇਨਸ਼ਾਅੱਲਾ ਅਗਲੀ ਵੀਡੀਓ ਦੇ ਨਾਲ ਜ਼ਰੂਰ ਮੁਲਾਕਾਤ ਹੋਵੇਗੀ ਉੱਧਰ ਵੇਖ ਕੈਮਰੇ ਵੱਲ ਦਾ ਰੱਬ ਰੱਖਾ ਅੱਲਾ ਸੋਹਣੇ ਦੇ ਵਾਲੇ ਅਤੇ ਇਨਸ਼ਾਅੱਲਾ ਜਨਾਬ 4 ਬੰਦੇ ਹੋ ਬਜ਼ੁਰਗ ਵੀ ਹੈ ਨੇ 3 ਤੁਸੀਂ ਮੁੜੇ ਚੁੜੇ ਨਾਰੇ ਦੀ ਆਵਾਜ਼ ਆਵੇ ਪਾਕਿਸਤਾਨ ਜ਼ਿੰਦਾਬਾਦ।